ਦੋਸਤੋ, ਪਹਿਲਾਂ ਦੇ ਸਮਿਆਂ ਨਾਲੋਂ ਹੁਣ ਦਾ ਸਮਾਂ ਇੰਨਾ ਬਦਲ ਗਿਆ ਹੈ ਅਤੇ ਐਡਵਾਂਸ ਹੋ ਚੁੱਕਿਆ ਹੈ ਕਿ ਪਹਿਲਾਂ ਜਿਹੜੇ ਕੰਮ ਦਿਨਾਂ ਜਾਂ ਮਹੀਨਿਆਂ ਵਿੱਚ ਕੀਤੇ ਜਾਂਦੇ ਸੀ, ਹੁਣ ਉਹ ਕੰਮ ਮਿੰਟਾਂ ਤੇ ਸਕਿੰਟਾਂ ਵਿੱਚ ਹੋਣ ਲੱਗ ਗਏ ਨੇ। ਸੋ ਇਸੇ ਲਈ ਤਾਂ ਅੱਜ ਕੱਲ੍ਹ ਵਿਆਹ ਵੀ ਹੁਣ ਆਨਲਾਈਨ ਹੋਣ ਲੱਗ ਗਏ ਨੇ। ਜਿਵੇਂ ਕਿ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨੌਜਵਾਨ ਦੇ ਵਿਆਹ ਦਾ ਸ਼ਗਨ ਲੜਕੀ ਦੀ ਫੋਟੋ ਨਾਲ ਹੋ ਰਿਹਾ ਹੈ। ਸੋ ਇਸ ਨੂੰ ਮਾੜਾ ਤਾਂ ਨਹੀਂ ਕਿਹਾ ਜਾ ਸਕਦਾ, ਕਿਉਂਕਿ ਕੀ ਪਤਾ ਇਸ ਪਰਿਵਾਰ ਦੀ ਕੋਈ ਕਿਸੇ ਤਰ੍ਹਾਂ ਦੀ ਮਜਬੂਰੀ ਹੋਵੇ। ਪਰ ਕੀ ਇਸ ਤਰ੍ਹਾਂ ਨਾਲ ਕੀਤੇ ਰਿਸ਼ਤੇ ਸਾਰੀ ਉਮਰ ਤੱਕ ਸਾਥ ਨਿਭਾ ਪਾਉਣਗੇ? ਕਿਉਂਕਿ ਹੁਣ ਦੇ ਸਮੇਂ ਵਿੱਚ ਜਿਵੇਂ ਲੋਕ ਜਲਦੀ ਜਲਦੀ ਵਿੱਚ ਰਿਸ਼ਤੇ ਕਰ ਰਹੇ ਨੇ, ਉਸੇ ਤਰ੍ਹਾਂ ਰਿਸ਼ਤੇ ਟੁੱਟ ਵੀ ਰਹੇ ਨੇ। ਕਿਉਂਕਿ ਇਸ ਤਰ੍ਹਾਂ ਦੇ ਜ਼ਿਆਦਾਤਰ ਵਿਆਹ ਸਿਰਫ ਬਾਹਰਲੇ ਮੁਲਕਾਂ ਦੇ ਚੱਕਰਾਂ ਦੇ ਵਿੱਚ ਹੀ ਕੀਤੇ ਜਾਂਦੇ ਨੇ। ਸੋ ਇਸ ਵੀਡੀਓ ਬਣਾਉਣ ਦਾ ਮਕਸਦ ਇਸ ਨੌਜਵਾਨ ਨੂੰ ਜਾਂ ਇਸ ਰਿਸ਼ਤੇ ਨੂੰ ਗਲਤ ਜਾਂ ਮਾੜਾ ਕਹਿਣਾ ਨਹੀਂ, ਸਗੋਂ ਤੁਹਾਨੂੰ ਇਹ ਪੁੱਛਣਾ ਹੈ ਕਿ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਇਸ ਤਰ੍ਹਾਂ ਰਿਸ਼ਤੇ ਕਰਕੇ ਕਰਨੀ ਠੀਕ ਹੈ? ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।